इटली विच खुली इमीग्रेशन संबंधी धारक कोल पासपोर्ट का होना बहुत जरूरी है ताज उसके पेपर बन सकन। इंडियन भाईचारे की सहूलत लिए भारतीय एम्बैसी रोम और मिलान वालों वक् वक् जगह पर पासपोर्ट कैंप लगाए जा रहे हैं। 27 जून दिन शनिवार को इंडियन कौंसलेट मिलान वालों गुरुद्वारा प्रबंधक कमेटी फलैरो के सहयोग के नाल विशेष पासपोर्ट कैंप लगाया जा रहा है। इस संबंधी मीडिया नाल गलबात करते हुए गुरु घर के मुख्य सेवादार सुरेंद्रजीत सिंह पंडोरी, बलकार सिंह घोड़े शाहवान, सवर्ण सिंह, कुलवंत सिंह बसी, महेंद्र सिंह माजरा, शरणजीत सिंह गिद्दी, सुखविंदर सिंह, भुपिंदर सिंह, हरप्रीत सिंह, मास्टर बलविंदर सिंह होर दस्सिया कि इस कैंप में सिर्फ से सिर्फ पासपोर्ट फार्म अपलाई होंगे ਅਤੇ ਹੋਰ ਕੋਈ ਸਰਵਿਸ ਐਮਬੈਸੀ ਵੱਲੋਂ ਨਹੀਂ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਆਉਣ ਲਈ ਜਿੱਥੇ ਆਨਲਾਈਨ ਪਾਸਪੋਰਟ ਫਾਰਮ ਭਰ ਕੇ ਉਸਦਾ ਪ੍ਰਿੰਟ ਆਊਟ ਲੈ ਕੇ ਆਉਣਾ ਅਤੇ ਉਸ ਤੋਂ ਵੀ ਜ਼ਰੂਰੀ ਹੈ ਇਸ ਕੈਂਪ ਲਈ ਐਮਬੈਸੀ ਵੱਲੋਂ ਜਾਰੀ ਅਪਾਇੰਟਮੈਂਟ ਲੈਟਰ ਦਾ ਹੋਣਾ। ਉਹਨਾਂ ਦੱਸਿਆ ਕਿ ਕੋਵਿਡ-19 ਕਾਰਨ ਅਜੇ ਗੁਰੂ ਘਰ ਵਿਖੇ ਜਿੱਥੇ ਧਾਰਮਿਕ ਸਮਾਗਮਾਂ ਦੀ ਮਨਜ਼ੂਰੀ ਨਹੀਂ ਹੈ ਉਸ ਕਾਰਨ ਗੁਰੂ ਘਰ ਵਿਖੇ 11 ਸੰਗਤਾਂ ਦੀ ਆਮਦ 'ਤੇ ਵੀ ਪਾਬੰਦੀ ਲੱਗੀ ਹੋਈ ਹੈ। ਬਹੁਤ ਹੀ ਜ਼ਿਆਦਾ ਬੇਨਤੀਆਂ ਕਰਨ 'ਤੇ ਐਮਬੈਸੀ ਵੱਲੋਂ ਇਸ ਕੈਂਪ ਦੀ ਮਨਜ਼ੂਰੀ ਮਿਲੀ ਹੈ। ਸੋ ਪਾਸਪੋਰਟ ਅਪਲਾਈ ਕਰਵਾਉਣ ਵਾਲਿਆਂ ਨੂੰ ਬੇਨਤੀ ਹੈ ਇਸ ਕੈਂਪ ਲਈ ਜੋ ਵਿਸ਼ੇਸ਼ ਅਪਾਇੰਟਮੈਂਟ ਜਾਰੀ ਹੋਣਗੀਆਂ ਸਿਰਫ ਅਤੇ ਸਿਰਫ ਉਹਨਾਂ ਨੂੰ ਹੀ ਇਸ ਕੈਂਪ ਵਿੱਚ ਆਉਣ ਦੀ ਪਰਮਿਸ਼ਨ ਹੋਵੇਗੀ। ਆਮ ਸੰਗਤ ਜੋ ਗੁਰੂ ਘਰ ਵਿਖੇ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਹਾਲਾਤਾਂ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਸਿਰਫ ਪਾਸਪੋਰਟ ਬਣਾਉਣ ਆਉਣ ਵਾਲਿਆਂ ਨੂੰ ਹੀ ਮੌਕਾ ਦਿੱਤਾ ਜਾਵੇ। ਬਿਊਰੋ ਰਿਪੋਰਟ, ਆਵਾਜ਼ ਏਕਮ ਟੀਵੀ। ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਮੋਤੀ ਲਾਲ ਪਾਸੀ ਦੇ ਪੁੱਤਰ ਕਰਨ ਪਾਸੀ ਉਮਰ 26 ਸਾਲ ਅਤੇ ਉਸਦੇ ਦੋਸਤ ਹਰਪ੍ਰੀਤ ਸਿੰਘ ਉਮਰ 28 ਸਾਲ ਦੀ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ। ਘਟਨਾ ਦੇ ਦੌਰਾਨ ਪਰਿਵਾਰੀ ਮੈਂਬਰ ਨਹੀਂ ਸੀ। ਗੁਆਂਢੀਆਂ ਨੂੰ ਤਦ ਪਤਾ ਲੱਗਾ ਜਦੋਂ ਵੀਰਵਾਰ ਰਾਤ ਘਰੋਂ ਬਦਬੂ ਆਉਣੀ ਸ਼ੁਰੂ ਹੋ ਗਈ। ਉਹਨਾਂ ਘਰ ਦਾ ਦਰਵਾਜ਼ਾ ਕਿਸੇ ਤਰ੍ਹਾਂ ਖੋਲ੍ਹਿਆ ਅਤੇ ਅੰਦਰ ਜਾ ਕੇ ਦੇਖਿਆ ਤਾਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ, ਕੋਲ ਹੀ ਸਿਰੰਜ ਪਈ ਹੋਈ ਸੀ। ਘਟਨਾ ਬਾਰੇ ਪਤਾ ਚੱਲ ਰਿਹਾ ਸੀ ACP ਵਿਸ਼ਾਲਜੀਤ ਸਿੰਘ ਮੌਕੇ 'ਤੇ ਪੁੱਜੇ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ। ਮੋਤੀ ਲਾਲ ਦੇ ਪੁੱਤਰ ਕਰਨ ਪਾਸੀ ਦਾ 1.5 ਸਾਲ ਪਹਿਲਾਂ ਹੀ ਲੁਧਿਆਣੇ ਦੀ ਕੁੜੀ ਨਾਲ ਵਿਆਹ ਹੋਇਆ ਸੀ। ਵਿਆਹ ਪਿੱਛੋਂ ਕਰਨ ਦੀ ਪਤਨੀ ਨਿਊਜ਼ੀਲੈਂਡ ਚਲੀ ਗਈ ਸੀ ਅਤੇ ਜੁਲਾਈ ਮਹੀਨੇ ਕਰਨ ਅਤੇ ਉਸਦੇ ਪਿਤਾ ਨੇ ਵੀ ਨਿਊਜ਼ੀਲੈਂਡ ਚਲੇ ਜਾਣਾ ਸੀ। ਵਿਆਹ ਪਿੱਛੋਂ ਕਰਨ ਨੂੰ ਕਦੋਂ ਨਸ਼ੇ ਦੀ ਆਦਤ ਪੈ ਗਈ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਾ। ਗੁਆਂਢੀਆਂ ਦੇ ਅਨੁਸਾਰ ਬੁੱਧਵਾਰ ਨੂੰ ਮੋਤੀ ਲਾਲ ਆਪਣੀ ਪਤਨੀ ਰਾਣੀ ਪਾਸੀ ਦਾ ਇਲਾਜ ਕਰਵਾਉਣ ਲਈ ਪੱਟੀ ਚਲੇ ਗਏ ਸਨ। ਇਸ ਪਿੱਛੋਂ ਕਰਨ ਆਪਣੇ ਦੋਸਤ ਰਾਜ ਐਵਨਿਊ ਵਾਸੀ ਹਰਪ੍ਰੀਤ ਸਿੰਘ ਨੂੰ ਆਪਣੇ ਘਰ ਲੈ ਆਇਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਹਨਾਂ ਨਸ਼ੇ ਦੇ ਟੀਕੇ ਲਾਏ ਅਤੇ ਓਵਰਡੋਜ਼ ਦੇ ਕਾਰਨ ਹੀ ਉਹਨਾਂ ਦੀ ਮੌਤ ਹੋ ਗਈ। ਬਿਊਰੋ ਰਿਪੋਰਟ, ਆਵਾਜ਼ ਏਕਮ ਟੀਵੀ।